ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਵਾਰ ਇੱਕ ਬਿਰਧ ਬਾਬੇ ਨੇ ਇੱਕ ਗਦੀ ਰੱਖੀ ਹੁੰਦੀ ਉਹ ਉਹਦੇ ਉੱਤੇ ਲੂਣ ਮਿਰਚਾ ਮਸਾਲਾ ਘਰ ਦੀ ਰਸਦ ਪਾਣੀ ਇਹ ਵੇਚਦਾ ਹੁੰਦਾ ਉਹ ਹਰ ਗਲੀ ਮੁਹੱਲੇ ਜਾ ਕੇ ਓਨੇ ਵੇਚਿਆ ਕਰਨਾ ਪਰ ਉਹਨੇ ਆਪਣੀ ਗਦੀ ਨੂੰ ਵੀ ਬੜੇ ਪਿਆਰ ਨਾਲ ਲਾਡੋ ਰਾਣੀ ਜਿਉਣ ਜੋਗੀ ਤੇ ਰੋਣ ਕੇ ਕਹਿ ਕੇ ਬੁਲਾਇਆ ਕਰਨਾ ਜਿੰਨੇ ਰਾਹੀ ਕੋਲੋਂ ਲੰਘਣਾ ਕਰਨਾ ਉਹਨਾਂ ਵੀ ਸੁੰਨਾ ਕਰਨਾ ਵੀ ਬਾਬਾ ਗਦੀ ਨੂੰ ਕਿੰਨੀ ਸੋਹਣੀ ਲਾਡੋ ਕਦੀ ਰਾਣੀਏ ਕਦੀ ਜਿਉਣ ਜੋਗੀਏ ਕਦੀ ਰੋਣ ਕੇ ਇਹ ਕਹਿ ਕੇ ਬੁਲਾਉਂਦਾ ਕਿਸੇ ਕਿਸੇ ਤੇ ਇਹ ਵੀ ਸੁੰਨਾ ਬਾਬੇ ਨੇ ਕਹਿਣਾ ਕਰਨਾ ਓ ਲਾਡੋ ਰਾਣੀਏ ਘਰ ਚੱਲ ਤੈਨੂੰ ਗਾਜਰਾਂ ਤੇ ਗੰਗਲੂ ਖਵਾਉਂਗਾ ਬਾਜਰੇ ਦਾ ਮਿਠੜਾ ਰੋਟੜੂ ਖਵਾਉਂਗਾ ਬਾਬੇ ਨੇ ਐਵੇਂ ਕਿਹਾ ਕਰਨਾ ਸਾਰਿਆਂ ਵੇਖਣਾ ਵੀ ਬਾਬਾ ਕਿੰਨੇ ਪਿਆਰ ਨਾਲ ਬੋਲਦਾ ਆਪਣੀ ਨੂੰ ਵੀ ਕਈ ਲੋਕ ਤਾਂ ਵੀ ਜਿਵੇਂ ਗਧਿਆਂ ਤੋਂ ਭਾਰ ਢਵਾਉਂਦੇ ਨੇ ਇੰਨੀਆਂ ਗਾਲਾਂ ਦੇ ਕੀ ਕੁਝ ਕੱਢਦੇ ਨੇ ਇੱਕ ਜਣਾ ਬਾਪੇ ਦੇ ਕੋਲ ਆਉਂਦਾ ਕਹਿੰਦਾ ਬਾਬਾ ਵੀ ਤੁਸੀਂ ਇਹਨੂੰ ਕਦੀ ਲਾਡੋ ਕਹਿੰਦੇ ਹੋ ਕਦੋਂ ਰਾਣੀ ਕਹਿੰਦੇ ਹੋ ਕਦੇ ਜਿਉਣ ਜੋਗੀ ਕਦੀ ਰੋਣ ਕੇ ਆਖਦੇ ਹੋ ਕਦੀ ਖਾਣ ਲਈ ਕਈ ਕੁਝ ਤੁਸੀਂ ਦੱਸਦੇ ਹੋ ਤੇ ਮੈਂ ਵੇਖਿਆ ਵੀ ਜਿਹੜੇ ਹੋਰ ਲੋਕ ਨੇ ਉਹ ਤਾਂ ਜਦੋਂ ਐਵੇਂ ਗਦੀ ਤੋਂ ਭਾਰ ਢਵਾਉਂਦੇ ਨੇ ਤੇ ਇੰਨੇ ਮਾੜੇ ਸ਼ਬਦ ਬੋਲਦੇ ਨੇ ਗਾਲਾਂ ਕੱਢਦੇ ਤਾਂ ਬਾਪੇ ਨੇ ਅੱਗੋ ਕਿਹਾ ਬਾਬਾ ਕਿੰਦਾ ਮੈਂ ਜੋ ਰਸਤ ਪਾਣੀ ਵੇਚਦਾ ਉਹ ਜ਼ਿਆਦਾ ਕਰ ਬੀਬੀਆਂ ਹੀ ਮੇਰੇ ਕੋਲ ਲੈਣ ਆਉਂਦੀਆਂ ਨੇ ਜੇਕਰ ਮੈਂ ਇਹਨਾਂ ਨੂੰ ਗਾਲਾਂ ਕੱਢਾਂਗਾ ਗਦੀ ਨੂੰ ਗਾਲਾਂ ਕੱਢਾਂਗਾ ਤੇ ਅਚਨਚੇਤ ਕੋਈ ਗਾਲ ਮੇਰੇ ਮੂੰਹੋਂ ਨਿਕਲ ਗਈ ਤਾਂ ਜਿੰਨੀਆਂ ਬੀਬੀਆਂ ਮੇਰੇ ਕੋਲ ਆਉਂਦੀਆਂ ਨੇ ਉਹ ਮੈਨੂੰ ਬੜਾ ਮਾਨ ਸਤਿਕਾਰ ਦਿੰਦੀਆਂ ਨੇ ਮੇਰਾ ਆਦਰ ਕਰਦੀਆਂ ਨੇ ਤੇ ਬਿਨਾ ਕਿਸੇ ਭੈ ਤੋਂ ਆਪ ਮੇਰੇ ਕੋਲ ਚੱਲ ਕੇ ਰਸਤ ਲੈਣ ਆ ਜਾਂਦੀਆਂ ਨੇ ਪਰ ਜੇਕਰ ਕਿਸੇ ਦਿਨ ਮੈਂ ਕੋਈ ਐਸਾ ਸ਼ਬਦ ਮੂੰਹ ਗਾਲ ਕੱਢ ਦਿੱਤੀ ਤਾਂ ਮੇਰੀ ਬਣੀ ਬਣਾਈ ਕਈ ਸਾਲਾਂ ਦੀ ਇੱਜ਼ਤ ਖੋ ਦੇ ਵਿੱਚ ਪੈ ਜਾਗੀ ਇਸ ਕਰਕੇ ਮੈਂ ਉਹਨਾਂ ਨੂੰ ਲਾਡੋ ਰਾਣੀ ਜਿਉਣ ਜੋਗੇ ਤੇ ਰੋਣ ਕੇ ਆਖਦਾ ਤੇ ਉਹੀ ਸ਼ਬਦ ਮੈਂ ਜਿਹੜੇ ਨੇ ਮੈਂ ਗਦੀਨ ਆਖਣਾ ਤੇ ਉਹ ਮੇਰੇ ਮੂੰਹ ਦੇ ਉੱਤੇ ਉਹ ਆਦਤ ਬਣ ਗਈ ਉਹ ਸਭਾ ਚ ਰਚ ਗਏ ਜਿਸ ਕਰਕੇ ਮੈਂ ਉਹਨਾਂ ਨੂੰ ਵੀ ਉਹਨਾਂ ਸ਼ਬਦਾਂ ਨਾਲ ਸਮੋਹਤ ਕਰ ਦੇਣਾ ਜਿਸ ਤੇ ਕਰਕੇ ਸਾਰੇ ਕਹਿੰਦੇ ਆ ਕਿ ਮੈਂ ਹਮੇਸ਼ਾ ਸਭ ਨੂੰ ਪਿਆਰ ਤੇ ਇੱਜ਼ਤ ਤੇ ਮਾਨ ਸਮਾਨ ਨਾਲ ਬੁਲਾਉਣਾ ਇਸ ਕਰਕੇ ਜੇ ਮੈਂ ਇਹਨੂੰ ਗਾਲਾਂ ਕੱਢਾਂਗਾ ਤਾਂ ਕਿਤੇ ਨਾ ਕਿਤੇ 24 ਘੰਟਿਆਂ ਦੇ ਵਿੱਚੋਂ ਇੱਕ ਅਧੀ ਗਾਲ ਮੇਰੇ ਮੂੰਹੋਂ ਨਿਕਲੇਗੀ ਤੇ ਉਹੀ ਮੇਰੇ ਜਿਹੜਾ ਕਿਰਦਾਰ ਹੈ ਉਹਦੇ ਉੱਤੇ ਉਹ ਛਾਪ ਜਾਣੀ ਇਸ ਕਰਕੇ ਮੈਂ ਹਮੇਸ਼ਾ ਇਹਨੂੰ ਲਾਡੋ ਰਾਣੀਏ ਜਿਉਣ ਜੋਗੀ ਤੇ ਰੋਣ ਕੇ ਆਖਦਾ ਆਪਾਂ ਸਭ ਨਾ ਇਹ ਫਰਕ ਭੁੱਲ ਜਾਂਦੇ ਆਂ ਵੀ ਕਿਹੜੀ ਚੀਜ਼ ਚੰਗੀ ਤੇ ਕਿਹੜੀ ਚੀਜ਼ ਮਾੜੀ ਸ਼ੁਰੂ ਵਿੱਚ ਜੋ ਮਾੜੀ ਗੱਲ ਹੁੰਦੀ ਹੈ ਨਾ ਆਪਾਂ ਘੱਟ ਸਮਝਦੇ ਅਗਿਆਨਤਾ ਦੇ ਕਾਰਨ ਆਪਾਂ ਨੂੰ ਚੰਗੀ ਲੱਗਦੀ ਮਾਰੀ ਤਾਂ ਉਦੋਂ ਲੱਗਦੀ ਹੈ ਜਦੋਂ ਕੋਈ ਆਪਣਾ ਨੁਕਸਾਨ ਹੋ ਜਾਂਦਾ ਫਿਰ ਚਾਹ ਕੇ ਵੀ ਆਪਾਂ ਉਸ ਤੋਂ ਦੂਰ ਨਹੀਂ ਹੋ ਸਕਦੇ ਉਹ ਆਦਤ ਤੇ ਸੁਭਾਅ ਵਿੱਚ ਰਚ ਜਾਂਦੀ ਇਸ ਲਈ ਉਹ ਆਦਤ ਤੇ ਸੁਭਾਅ ਮਾੜੇ ਲੋਕਾਂ ਨੂੰ ਕੋਲ ਨਾ ਆਂਦਵ ਜੇ ਤੁਹਾਡੇ ਤੇ ਆਉਣ ਵਾਲੀ ਪੀੜ੍ਹੀ ਲਈ ਵੀ ਦੁੱਖ ਲੈ ਕੇ ਆਵੇ ਇਸ ਗੱਲ ਵਿੱਚ ਕੋਈ ਦੋ ਰਾਹ ਨਹੀਂ ਹੁੰਦੀਆਂ ਕਿ ਆਪਣੇ ਜਵਾਬ ਆਪਣੇ ਤੋਂ ਸਿੱਖਦੇ ਨੇ ਆਪਾਂ ਜੋ ਕਰਦੇ ਆ ਉਹ ਆਪਣੀ ਨਕਲ ਕਰਦੇ ਨੇ ਜੇ ਤੁਸੀਂ ਕੁੱਤੇ ਬਿੱਲੀ ਜਾਂ ਜਨੋਰਾ ਨੂੰ ਮਾਰੋਗੇ ਰੋਟੀ ਨਾ ਪਾਓਗੇ ਤਾਂ ਉਹ ਵੀ ਤੁਹਾਡੇ ਵਾਂਗ ਨਿਰਦਈ ਹੋ ਜਾਣਗੇ ਕਿਹਾ ਜਾਂਦਾ ਹੈ ਕਿਸਾਨ ਦੇ ਪੁੱਤ ਨੂੰ ਟਰੈਕਟਰ ਚਲਾਉਣਾ ਜਾਂ ਜਿਹੜੀ ਉਹ ਗੋਡੀ ਕਰਦੇ ਨੇ ਉਹ ਗੋਡੀ ਕਰਨੀ ਕੋਈ ਕੰਮ ਉਹਨੂੰ ਸਿਖਾਉਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਆਪ ਵੇਖ-ਵੇਖ ਕੇ ਸਿੱਖ ਜਾਂਦਾ ਕਿਹਾ ਜਾਂਦਾ ਹੈ ਲਾਲਿਆਂ ਦੇ ਜਵਾਕਾਂ ਨੂੰ ਸਾਖ-ਕਿਤਾਬ ਸਿਖਾਇਆ ਨਹੀਂ ਜਾਂਦਾ ਉਹਨਾਂ ਨੂੰ ਵਪਾਰੀ ਕਰਨਾ ਸਿਖਾਇਆ ਨਹੀਂ ਜਾਂਦਾ ਉਹ ਆਪੇ ਸਿੱਖ ਜਾਂਦੇ ਨੇ ਇਸ ਲਈ ਜੇ ਖੁਦ ਨੂੰ ਤੇ ਆਪਣੇ ਜਵਾਕਾਂ ਨੂੰ ਚੰਗੇ ਰਾਹ ਲਾਉਣਾ ਚਾਹੁੰਦੇ ਆ ਮਾੜੇ ਪਾਸੇ ਨਾ ਜਾਣ ਤਾਂ ਅੱਜ ਤੋਂ ਹੀ ਤੋਬਾ ਕਰ ਲਵੋ ਨਾ ਮਾੜਾ ਸੁੰਨਾ ਤੇ ਨਾ ਮਾੜਾ ਬੋਲਣਾ ਹਮੇਸ਼ਾ ਚੰਗਾ ਵੇਖੋ ਸੁਣੋ ਤੇ ਕਹੋ ਜੇ ਚੰਗੇ ਦਾ ਆਪਾਂ ਸੰਗ ਕਰਾਂਗੇ ਤਾਂ ਮਾੜਾ ਆਪਣੇ ਆਪ ਹੀ ਤੁਹਾਡੇ ਤੋਂ ਕੋਹਾਂ ਦੂਰ ਹੋ ਜਾਏਗਾ ਕੋਈ ਕਿੰਨਾ ਵੀ ਮਾੜਾ ਕਿਉ ਨਾ ਹੋਵੇ ਪੂਰਾ ਆਪਣੇ ਜਵਾਕਾਂ ਨੂੰ ਚੰਗਾ ਸਭਾ ਵਤੀਰੇ ਤੇ ਕਾਮਯਾਬੀ ਦੇ ਰਾਹ ਵਾਲੀ ਦੇਖਣਾ ਚਾਹੁੰਦਾ ਤਾਂ ਇਹ ਗੱਲ ਯਾਦ ਰੱਖਿਓ ਸਿਰਫ ਸੋਚਣ ਨਾਲ ਕੁਝ ਨਹੀਂ ਹੋਣਾ ਪਹਿਲਾਂ ਖੁਦ ਨੂੰ ਬਦਲਣਾ ਪੈਣਾ ਜੇਕਰ ਚਾਹੁੰਦੇ ਹੋ ਧੀ ਪੁੱਤ ਹਮੇਸ਼ਾ ਸਿਆਣਾ ਤੇ ਸੂਝਵਾਨ ਤੇ ਚੰਗੀ ਮਤ ਵਾਲਾ ਹੋਵੇ ਤੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਉਹਦੇ ਕੰਨਾਂ 'ਚ ਉਹੀ ਪਾਓ ਜੋ ਤੁਹਾਨੂੰ ਆਪ ਸੁਣਨ ਨੂੰ ਚੰਗਾ ਲੱਗਦਾ ਹੈ ਹਮੇਸ਼ਾ ਚੰਗਾ ਕੀ ਮਾੜਾ ਕੀ ਇਹਦੀ ਪਰਖ ਕਰਨੀ ਸਿੱਖੋ ਚੰਗੇ ਗੁਣ ਆਤਾਂ ਨੂੰ ਹੀ ਆਪਣੀ ਜ਼ਿੰਦਗੀ ਵਿੱਚ ਪਹਿਲ ਦਿਵੋ ਮਾੜੀ ਆਦਤਾਂ ਤੇ ਲੋਕਾਂ ਤੇ ਇਹਨਾਂ ਦੇ ਸੁਭਾਅ ਤੋਂ ਹਮੇਸ਼ਾ ਦੂਰ ਰੱਖੋ ਜੋ ਮਾੜੇ ਨੇ ਜਵਾਬ ਸਾਹਮਣੇ ਕਦੇ ਨਾ ਲੜੋ ਨਾ ਮਾੜਾ ਬੋਲੋ ਜੇ ਮਾੜੀ ਆਦਤ ਵੀ ਹੈ ਤਾਂ ਥੋੜਾ ਥੋੜਾ ਕਰਕੇ ਛੱਡਣ ਦੀ ਕੋਸ਼ਿਸ਼ ਕਰੋ ਕਿਆ ਜਾਂਦਾ ਹੈ ਜਿਹੜੇ ਭਗਤ ਫਰੀਦ ਜੀ ਸਨਾ ਉਹਨਾਂ ਦੀ ਮਾਤਾ ਜੀ ਜਦੋਂ ਪ੍ਰਸ਼ਾਦਾ ਪਾਣੀ ਬਣਾਉਂਦੀਆਂ ਕੋਈ ਵੀ ਕੰਮ ਕਰਦੇ ਹੁੰਦੇ ਸੀ ਨਾ ਤਾਂ ਉਹ ਹਮੇਸ਼ਾ ਬਾਣੀ ਦੀਆਂ ਤੁਕਾਂ ਜਾਂ ਕਹਿ ਲਓ ਉਹ ਸਮੇਂ ਜੋ ਵੀ ਗੁਰਬਾਣੀ ਸੀ ਉਹ ਪੜਿਆ ਕਰਦੇ ਸੀ ਇਹ ਸਾਰਾ ਕੁਝ ਭਗਤ ਫਰੀਦ ਜੀ ਦੇਖਿਆ ਕਰਦੇ ਸੀ ਉਹਨਾਂ ਕੀ ਕਰਿਆ ਕਰਨਾ ਵੀ ਉਹਨਾਂ ਦੇਖਿਆ ਕਰਨਾ ਵੀ ਮਾਤਾ ਪਤਾ ਨਹੀਂ ਕੀ ਕਰਦੇ ਨੇ ਫਿਰ ਮਾਤਾ ਜੀ ਨੇ ਨਾ ਇੱਕ ਦਿਨ ਉਹਨਾਂ ਨੂੰ ਕਿਹਾ ਵੀ ਜੇ ਤੂੰ ਰੋਜ਼ ਨਮਾਜ਼ ਪੜ੍ਹਾਇਆ ਕਰੇਂਗਾ ਨਾ ਤਾਂ ਤੈਨੂੰ ਰੋਜ਼ ਉਹ ਪਰਮਾਤਮਾ ਉਹ ਅਕਾਲ ਪੁਰਖ ਨਾ ਮਿੱਠਾ ਖਾਣ ਨੂੰ ਦੇਣਗੇ ਫਰੀਦ ਜੀ ਨੂੰ ਨਾ ਗੁੜ ਖਾਣ ਦੀ ਆਦਤ ਸੀ ਤਾਂ ਜਦੋਂ ਉਹ ਨਾ ਨਮਾਜ਼ ਪੜ੍ਹਿਆ ਬੈਠਣਾ ਕਰਨਾ ਨਾ ਤਾਂ ਉਹਨਾਂ ਥੱਲੇ ਗੁੜ ਦੀ ਪੇਸੀ ਰੱਖ ਦਿਆ ਕਰਨੀ ਤਾਂ ਉਹਨਾਂ ਲਾਲਚ ਵਸ ਆ ਕੇ ਰੋਜ਼ ਨਮਾਜ਼ ਪੜ੍ਹਿਆ ਕਰਨੀ ਐਵੇਂ ਕਰਦੇ ਕਰਦੇ ਕਈ ਦਿਨ ਬੀਤ ਗਏ ਇੱਕ ਦਿਨ ਕੀ ਹੋਇਆ ਕਿ ਉਹ ਜਦੋਂ ਪਗਲ ਫਰੀਦ ਜੀ ਨਮਾਜ਼ ਪੜ੍ਹਨ ਲੱਗੇ ਨਾ ਤਾਂ ਉਹਨਾਂ ਦੀ ਮਾਤਾ ਜੀ ਕਿਸੇ ਕੰਮ ਵਿੱਚ ਸਨ ਤਾਂ ਉਹ ਥੱਲੇ ਗੁਰਦੀ ਪੇਸੀ ਰੱਖਣਾ ਭੁੱਲ ਗਏ ਤਾਂ ਕਹਿੰਦੇ ਉਸ ਦਿਨ ਉਸ ਅਕਾਲ ਪੁਰਖ ਨੇ ਥੱਲੇ ਆਪ ਗੁਰਦੀ ਪੇਸੀ ਰੱਖ ਦਿੱਤੀ ਉਹਦਾ ਵਿਸ਼ਵਾਸ ਨਹੀਂ ਟੁੱਟਣ ਦਿੱਤਾ ਇਸ ਲਈ ਜੇ ਆਪਾਂ ਆਪਣੇ ਜਵਾਕਾਂ ਨੂੰ ਚੰਗੇ ਪਾਸੇ ਲਾਉਣਾ ਚਾਹੁੰਦੇ ਆ ਤਾਂ ਉਹਦੇ ਲਈ ਆਪਾਂ ਨੂੰ ਵੀ ਥੋੜਾ ਉਦਮ ਕਰਨਾ ਪੈਣਾ ਆਪਾਂ ਕਈ ਘਰਾਂ ਵਿੱਚ ਵੇਖਿਆ ਕਹਿੰਦੇ ਜੀ ਬੱਚਾ ਨਾ ਰੋਟੀ ਤੇ ਪ੍ਰਸ਼ਾਦਾਆਂ ਜਾਂ ਕੁਝ ਵੀ ਨਹੀਂ ਖਾਂਦਾ ਤੇ ਇਹਦੇ ਲਈ ਨਾ ਬੱਚੇ ਨੂੰ ਨਾਲ ਫੋਨ ਲਾ ਕੇ ਦੇਣਾ ਪੈਂਦਾ ਤੇ ਫਿਰ ਖਵਾਉਣਾ ਪੈਂਦਾ ਬੱਚੇ ਨਾ ਆਪਣੇ ਤੋਂ ਸਿੱਖਦੇ ਨੇ ਆਪਾਂ ਜਦੋਂ ਕੋਈ ਕੰਮ ਕਰਦੇ ਆਂ ਆਪਾਂ ਕੋਲ ਫੋਨ ਰੱਖ ਕੇ ਵੇਖਦੇ ਰਹਿੰਦੇ ਆਂ ਤੇ ਬੱਚੇ ਵੀ ਉਵੇਂ ਕਰਦੇ ਨੇ ਇੱਕ ਨਾਂ ਬੜੇ ਸੋਹਣੇ ਕਿਸੇ ਨੇ ਲਿਖਿਆ ਹੋਇਆ ਸੀ ਕਹਿੰਦੇ ਵੀ ਮੈਂ ਨਾ ਇੱਕ ਟ੍ਰੇਨ 'ਚ ਸਫ਼ਰ ਕਰਦਾ ਪਿਆ ਸੀ ਮੈਂ ਦੇਖਿਆ ਵੀ ਇੱਕ ਨਾ ਪਈ ਸਾਰੇ ਜਿਹੜੇ ਆਪਣੇ ਫੋਨਾਂ ਤੇ ਲੱਗੇ ਹੋਏ ਇੱਕ ਬੀਬੀ ਨਾ ਕਿਤਾਬ ਪੜ੍ਹਦੀ ਪਈ ਸੀ ਤੇ ਮੈਂ ਦੇਖਿਆ ਵੀ ਇੱਕ ਛੋਟਾ ਜਿਹਾ ਜਵਾਕ ਨਾਲ ਸੀ ਤੇ ਉਹਦੇ ਕੋਲ ਵੀ ਕੁਝ ਪੰਨੇ ਸੀ ਭਾਵੇਂ ਪਤਲੀ ਜਿਹੀ ਕਿਤਾਬ ਸੀ ਤੇ ਉਹ ਵੀ ਕਿਤਾਬ ਪੜ੍ਹਦਾ ਪਿਆ ਸੀ ਕਿੰਦੇ ਵੀ ਮੇਰੇ ਮਨ 'ਚ ਬੜੀ ਉਤਸੁਕਤਾ ਹੋਈ ਵੀ ਅੱਜ ਦੇ ਜ਼ਮਾਨੇ 'ਚ ਜਵਾਕ ਤਾਂ ਕਾਰਟੂਨ ਦੇਖਦੇ ਆ 1.5 ਛੋਟੇ-ਛੋਟੇ 5-6 ਸਾਲਾਂ ਦੇ ਤੇ ਜਾਂ ਫਿਰ ਕੋਈ ਨਾ ਕੋਈ ਚੀਜ਼ ਦੇ ਲਾਲਚਵਸ ਹੁੰਦੇ ਆ ਤੇ ਇਹ ਬੱਚਾ ਕਿਵੇਂ ਕਿਤਾਬ ਪੜ੍ਹਦਾ ਪਿਆ ਕਹਿੰਦੇ ਜਦੋਂ ਨਾ ਸਾਰੇ ਜਣੇ ਸੀਟਾਂ ਖਾਲੀ ਹੋਣ ਲੱਗੀਆਂ ਤੇ ਮੈਂ ਨਾ ਉੱਥੇ ਥੋੜੀ ਜਿਹੀ ਹਿੰਮਤ ਕਰਕੇ ਉੱਥੇ ਬੈਠ ਗਿਆ ਮੈਂ ਉਹ ਬੀਬੀ ਜੀ ਨੂੰ ਪਹਿਲਾਂ ਸੱਸੀਕਲ ਬੁਲਾਈ ਕਹਿੰਦੇ ਹੋਰ ਭਾਸ਼ਾ ਦੇ ਸਨ ਕਹਿੰਦੇ ਮੈਂ ਉਹਨਾਂ ਨਾਲ ਵਾਰਤਾ ਲਾਪ ਕੀਤੀ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਪਣੇ ਬੱਚੇ ਨੂੰ ਕਿਤਾਬ ਪੜਨ ਕਿਵੇਂ ਲਾਇਆ ਵੀ ਮੈਂ ਵੀ ਆਪਣੇ ਪੋਤੇ-ਪੋਤੀਆਂ ਨੂੰ ਇਸ ਪਾਸੇ ਲਾਉਣਾ ਚਾਹੁੰਨਾ ਤਾਂ ਉਹ ਬੀਬੀ ਨੇ ਕਹਿੰਦੇ ਬੜਾ ਸੋਹਣਾ ਕੋ ਜਵਾਬ ਦਿੱਤਾ ਉਹ ਕਹਿੰਦੇ ਮੇਰੀ ਇੱਕ ਆਦਤ ਹੈ ਮੈਂ ਸਵੇਰੇ ਉੱਠ ਕੇ ਵੀ ਕਿਤਾਬ ਦੇ ਕੁਝ ਪੰਨੇ ਪੜ੍ਹਦੀ ਰਾਤ ਨੂੰ ਸੌਣ ਸਮੇਂ ਵੀ ਕਿਤਾਬ ਦੇ ਕੁਝ ਪੰਨੇ ਪੜ ਕੇ ਸੌਣੀ। ਕਹਿੰਦੇ ਕਿਤਾਬਾਂ ਸਭ ਤੋਂ ਚੰਗੀਆਂ ਸਾਥੀ ਹੁੰਦੀਆਂ ਨੇ ਜੋ ਜੀਵਨ ਦਾ ਹਰ ਇੱਕ ਸਬਕ ਸਿਖਾਉਂਦੀਆਂ ਨੇ। ਕਹਿੰਦੀ ਜਦੋਂ ਮੈਂ ਪੜ੍ਹਦੀ ਆ ਨਾ ਤਾਂ ਮੇਰਾ ਜਵਾਕ ਮੈਨੂੰ ਦੇਖਦਾ ਉਹ ਸਵੇਰੇ ਵੀ ਮੇਰੇ ਨਾਲ ਇੱਕ ਕਿਤਾਬ ਪੜ੍ਹਦਾ। ਉਹਨੂੰ ਇੱਕ ਕਿਤਾਬ ਲਿਆ ਕੇ ਦੇ ਦਿਆ ਉਹ ਸਵੇਰੇ ਵੀ ਇੱਕ ਅੱਧਾ ਪੰਨਾ ਉਹਦਾ ਪੜ੍ਹਦਾ ਤੇ ਰਾਤ ਨੂੰ ਉਹ ਅੱਧਾ ਪੰਨਾ ਪੜ੍ਹਦੇ। ਕਹਿੰਦੇ ਹੁਣ ਜਿਵੇਂ ਮੈਂ ਸਫ਼ਰ ਕਰਦੀ ਪਈ ਹਾਂ ਕਹਿੰਦੇ ਕਿ ਉਹ ਫੋਨ ਜਾਂ ਹੋਰ ਕਿਸੇ ਚੀਜ਼ ਨੂੰ ਛੱਡ ਕੇ ਉਹ ਆਪਣੀ ਉਸ ਕਹਾਣੀ ਨੂੰ ਪੂਰਾ ਕਰਨਾ ਚਾਹੁੰਦਾ ਹੈ ਜਿਸ ਨੂੰ ਉਹਨੇ ਅੱਧ ਵਿੱਚ ਛੱਡਿਆ ਸੀ ਇਸ ਲਈ ਕਿਹਾ ਜਾਂਦਾ ਹੈ ਬੱਚੇ ਆਪਣੀ ਨਕਲ ਕਰਦੇ ਆਪਾਂ ਜੇ ਫੋਨਾਂ ਤੇ ਲੱਗੇ ਰਵਾਂਗੇ ਨਾ ਤਾਂ ਉਹ ਵੀ ਫੋਨਾਂ ਤੇ ਲੱਗੇ ਰਹਿਣਗੇ ਜਿਆਦਾ ਨਹੀਂ ਤਾਂ ਜਦੋਂ ਸਵੇਰੇ ਉੱਠਦੇ ਆ ਤੇ ਉਠਣ ਸਾਰ ਕੀ ਕਰੋ ਵੀ ਆ ਪੰਜ ਪੌੜੀਆਂ ਦਾ ਪਾਠ ਕਰੋ ਬੱਚਾ ਵੀ ਤੁਹਾਨੂੰ ਦੇਖ ਕੇ ਪੰਜ ਪੌੜੀਆਂ ਦਾ ਪਾਠ ਕਰਨ ਲੱਗ ਜਾਏਗਾ ਜੇ ਤੁਸੀਂ ਨਿਤਨੇਮੀ ਹੋ ਨਾ ਤੇ ਤੁਹਾਡਾ ਬੱਚਾ ਵੀ ਲਾਜਨੇਮੀ ਲਾਜਮੀ ਨਿਤਨੇਮ ਕਰੇਗਾ ਹੀ ਕਰੇਗਾ ਜੋ ਆਪਾਂ ਕਰਦੇ ਆ ਬੱਚੇ ਆਪਣੀ ਪਰਛਾਈ ਹੁੰਦੇ ਨੇ ਜੇਕਰ ਆਪਾਂ ਹੀ ਕਿਸੇ ਦੀ ਚੁਗਲੀਆਂ 'ਚ ਵੀ ਫਲਾਣਾ ਤਾਂ ਐਵੇਂ ਲੋਕਾਂ ਦੇ ਘਰ ਤਾਕ-ਚਾਕ ਰੱਖਾਂਗੇ ਨਾ ਤਾਂ ਜਵਾਕ ਵੀ ਉਮੇਦੀ ਹੋਣਗੇ ਇਸ ਲਈ ਇਹ ਕੰਮਾਂ ਤੋਂ ਆਪਾਂ ਜਿੰਨਾ ਦੂਰ ਰਵਾਂਗੇ ਨਾ ਜਵਾਕ ਵੀ ਆਉਣੇ ਸਿਆਣੇ ਸੂਝਮਾ ਤੇ ਕਾਬਿਲ ਹੋਣਗੇ ਕਿਹਾ ਜਾਂਦਾ ਹੈ ਨਾ ਵੀ ਆਪਣੀ ਜਦ ਬੱਚਿਆਂ ਦੀ ਕੋਈ ਹੋਰ ਤਾਰੀਫ ਕਰਦੇ ਨਾ ਤਾਂ ਸਭ ਤੋਂ ਵੱਧ ਮਾਪਿਆਂ ਨੂੰ ਖੁਸ਼ੀ ਹੁੰਦੀ ਹੈ ਤੇ ਜੇ ਕੋਈ ਡਾਂਟਦਾ ਤਾਂ ਵੀ ਸਭ ਤੋਂ ਜ਼ਿਆਦਾ ਦੁੱਖ ਮਾਪਿਆਂ ਨੂੰ ਹੁੰਦਾ ਹੈ ਇਸ ਲਈ ਜੇ ਆਪਣੇ ਬੱਚਿਆਂ ਦੀ ਤਾਰੀਫ਼ ਸੁਣਨਾ ਚਾਹੁੰਦੇ ਆਂ ਹਰ ਪੱਖ ਤੋਂ ਉਹਨਾਂ ਨੂੰ ਸੰਪੰਨ ਬਣਾਉਣਾ ਚਾਹੁੰਦੇ ਆਂ ਤਾਂ ਇੰਨਾ ਕੁ ਉਦਮ ਤਾਂ ਆਪਾਂ ਨੂੰ ਖੁਦ ਕਰਨਾ ਪੈਣਾ। ਨਾ ਮਾੜਾ ਸੁਣੋ ਨਾ ਮਾੜਾ ਕਰੋ। ਆਪਣੇ ਮੂੰਹ ਨੂੰ ਕੰਨਾਂ ਨੂੰ ਉਹੀ ਖੁਰਾਕ ਦਿਓ ਜੋ ਆਪਾਂ ਚਾਹੁੰਦੇ ਆਂ ਵੀ ਬਾਹਰ ਆ ਕੇ ਵੀ ਲੋਕਾਂ ਨੂੰ ਵੀ ਸੁਭਾਅ ਦੇਵੇ। ਇਸ ਲਈ ਆਪਣੇ ਔਲਾਦ ਨੂੰ ਚੰਗੇ ਪਾਸੇ ਲਾਈਏ। ਚੰਗਾ ਸੁਣਾਈਏ। ਕਦੀ ਵੀ ਉਹਨਾਂ ਸਾਹਮਣੇ ਨਾ ਲੜੀਏ। ਨਾ ਮਾੜੇ ਸ਼ਬਦ ਬੋਲੀਏ ਕਿਉਂਕਿ ਮਾੜਾ ਬੋਲਾਂਗੇ ਹੌਲੀ-ਹੌਲੀ ਆਦਤ ਦੇ ਸੁਭਾਅ ਵਿੱਚ ਰਚ ਜਾਂਦਾ ਹੈ। ਕਈ ਨੂੰ ਵੇਖਿਆ ਹੋਵੇਗਾ ਉਹ ਹਮੇਸ਼ਾ ਵੱਡ ਖਾਣ ਨੂੰ ਹੀ ਪੈਂਦੇ ਨੇ ਕਿਉਂ ਕਿਉਂਕਿ ਉਹਨਾਂ ਦਾ ਆਦਤ ਤੇ ਸੁਭਾਅ ਹੋ ਗਿਆ ਕਈਆਂ ਨੂੰ ਬੋਲਦੇ ਹੋਏ ਸੁਣਨੇ ਆ ਤੇ ਕਹਿੰਦੇ ਨੇ ਨਾ ਫਲਾਣੇ ਦੇ ਮੂੰਹ ਤਾਂ ਫੁੱਲ ਝੜਦੇ ਨੇ ਕਿਉਂ ਕਿਉਂਕਿ ਉਹਨੇ ਆਪਣਾ ਆਦਤ ਤੇ ਸੁਭਾਅ ਹੀ ਉਹਵੇਂ ਬਣਾਇਆ ਪਿਆਰ ਨਾਲ ਬੋਲਣ ਦਾ ਇਸ ਲਈ ਇਹ ਆਪਣੇ ਤੇ ਨਿਰਭਰ ਕਰਦਾ ਹੈ ਆਪਾਂ ਕਿਵੇਂ ਬੰਨਣਾ ਫਿਰ ਆਪਾਂ ਕੋਚਾ ਬਦਲਾਅ ਕਰੀਏ ਤੇ ਆਪਣੇ ਬੱਚੇ ਆਪ ਹੀ ਆਪਨੇ ਤਾਂ ਸਿੱਖ ਜਾਣਗੇ